ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ ਚੈਨਲ। ਹੋਪ ਕਰਦਾ ਗਾਇਜ਼ ਵੀ ਸਾਰਿਆਂ ਨੇ ਵਧੀਆ ਹੋਗੇ। ਸੋ ਥੰਬਨੇਲ ਵੇਖ ਕੇ ਤੁਹਾਨੂੰ ਪਤਾ ਲੱਗ ਗਿਆ ਆਪਾਂ ਚੱਲੇ ਤੇ ਚੱਲੇ ਕਿੱਥੇ ਆ। ਆਪਾਂ ਚੱਲੇ ਆ ਜਲੰਧਰ, ਕਿਉਂਕਿ ਉੱਥੇ ਹੈਗਾ ਫੰਕਸ਼ਨ ਤੇ ਫੰਕਸ਼ਨ ਹੈਗਾ ਕੱਲ ਤੇ ਅੱਜ ਹੀ ਆਪਾਂ ਚੱਲੇ ਆ ਤੇ ਮੈਂ ਰੈਡੀ ਹੋ ਗਿਆ ਵਾਂ ਵੈਸੇ ਤੇ ਮੈਂ ਹਲੇ ਹੋਣਾ ਵਾਂ ਤੇ ਘਰ ਦੇ ਵੀ ਰੈਡੀ ਹੋ ਗਏ ਆ। ਚਲੋ ਤੁਹਾਨੂੰ ਦਿਖਾਉਂਦੇ ਆ। ਗਾਇਜ਼ ਮਮਾਣੀ ਵੀ ਰੈਡੀ ਹੋ ਚੁੱਕੇ ਆ ਤੇ ਪਾਪਾ ਵੀ, ਸਮਾਨ ਵੀ ਸਾਰਾ ਪੈਕ ਆ ਤੇ ਆਪਾਂ ਥੋੜੀਆਂ ਬੁਧੀਆਂ ਚੀਜ਼ਾਂ ਲੈ ਚੱਲੇ ਸੀ। ਕਿੱਥੇ ਗਈਆਂ ਆ ਜੀ ਆ ਰੂਹੀ ਵਾਸਤੇ ਕਿ ਤੁਹਾਨੂੰ ਉੱਥੇ ਜਾ ਕੇ ਮਿਲਾਵਾਂਗੇ ਉਹਨਾਂ ਵੀ। ਹਾਂਜੀ ਤਿਆਰ ਜੇ? ਓ ਰੈਡੀ ਰੈਡੀ ਫੁੱਲ ਰੈਡੀ। ਅੱਛਾ ਮੰਮਾ ਵੀ ਰੈਡੀ ਆ। ਰੈਡੀ ਅੰਮਾ ਹੈ? ਲੈ ਹੱਸਦੇ ਹੁਣ, ਹੱਸਦੇ ਵੇ ਕਿੰਨੇ, ਪਹਿਲਾਂ ਹੱਸਦੇ ਨਹੀਂ ਹੁੰਦੇ ਸੀ। ਅੱਛਾ ਚੱਲ ਉੱਧਰ। ਅੱਛਾ ਚਲੋ ਹੋ ਜਾਓ ਰੈਡੀ ਫਿਰ। ਐਂਜਲ ਵੇ ਤਾਂ ਕੀ ਕਰਦੀ ਆ, ਤਿਆਰ ਨਹੀਂ ਹੋਈ, ਕੀ ਗੱਲ ਆ? 2 ਮਿੰਟ ਯਾਰ ਮੈਂ ਲਗਾ ਲਾਂ। ਇਹ ਕੀ ਆ ਯਾਰ? ਇਹ ਹੈਗਾ ਮੰਮਾ ਦਾ ਉਪਟਨ ਸ਼ੀਟ ਮਾਸਕ। ਅੱਛਾ ਇਹਨਾਂ ਕੀ ਹੁੰਦਾ? ਇਹਨਾਂ ਇਹ ਹੁੰਦਾ ਕਿ ਇਹ ਇੱਕ ਇਹੋ ਜਿਹੀ ਚੀਜ਼ ਹੈਗੀ ਆ ਤੁਹਾਡੇ ਫੇਸ ਨੂੰ ਹਾਈਡਰੇਟ ਤੇ ਕਰਦੀ ਕਰਦੀ ਆ, ਉਹਦੇ ਨਾਲ ਨਾਲ ਇਹ ਇਨਵਾਇਰਨਮੈਂਟ ਫਰੈਂਡਲੀ ਵੀ ਆ। ਅੱਛਾ ਤੇ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਵੈਰਾਈਟੀਜ਼ ਦੇਖਣ ਨੂੰ ਮਿਲਣਗੀਆਂ। ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਕਿਨ ਹਾਈਡਰੇਟ ਰਹੇ ਇਸ ਗਰਮੀਆਂ 'ਚ, ਗਲੋ ਆਏ ਤੇ ਸਕਿਨ ਈਵਨ ਰਹੇ, ਤੇ ਇਹ ਜਿੰਨੇ ਵੀ ਫੇਸ ਮਾਸਕ ਹੈਗੇ ਆ ਸਾਰੇ ਬੈਂਬੂ ਬੇਸਡ ਹੈਗੇ ਆ, ਸਕਿਨ ਤੇ ਗਲੋ ਲੈ ਕੇ ਆਉਂਦੇ ਆ, ਪਲੱਸ ਜਰਮੈਟੋਲੋਜੀਕਲੀ ਟੈਸਟਿਡ ਹੈਗੇ ਆ ਤੇ ਆਲ ਸਕਿਨ ਟਾਈਪਸ ਤੇ ਸੂਟ ਕਰਨਗੇ, ਤੇ ਕੋਈ ਵੀ ਇਹਦੇ 'ਚ ਹਾਰਮਫੁਲ ਕੈਮੀਕਲਸ ਨਹੀਂ ਆ ਜਿਹੜੇ ਤੁਹਾਡਾ ਕੋਈ ਵੀ ਸਾਈਡ ਇਫੈਕਟ ਕਰੇ। ਅੱਧੀ ਨਹੀਂ ਪੀਉਣ ਯਾਰ ਇਹ ਲਗਾਉਣ ਤੋਂ ਪਹਿਲਾਂ ਨਾ ਫੇਸ ਵਾਸ਼ ਕਰੀਦਾ। ਹਾਲੇ ਮੈਂ ਫੇਸ ਵਾਸ਼ ਕਰਨਾ, ਫਿਰ ਉਸ ਤੋਂ ਬਾਅਦ ਮੈਂ ਲਗਾਉਂਗੀ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਇੰਗਰੀਡੀਐਂਟਸ ਬਾਰੇ ਦੱਸਦਾ ਕਿ ਇਹ 'ਚ ਹੁੰਦਾ ਕੀ ਕੀ ਆ। ਦੱਸ ਫਿਰ। ਇਹਦੇ ਵਿੱਚ ਹੁੰਦਾ ਗ੍ਰੀਨ ਟੀ, ਸੈਫਰਨ, ਟਰਮਰਿਕ ਤੇ ਕੀਵੀ। ਸਭ ਤੋਂ ਪਹਿਲੇ ਆਉਂਦੀ ਹੈ ਟਰਮਰਿਕ, ਜੋ ਕਿ ਐਂਟੀਸੈਪਟਿਕ ਤੇ ਐਂਟੀ ਇਨਫਲਾਮੇਟਰੀ ਆ ਤੇ ਤੁਹਾਡੀ ਸਕਿਨ ਤੇ ਕੋਈ ਵੀ ਬਲੈਮਿਸ਼ਿਸ ਹੈ ਜਾਂ ਪੈਚਿਸ ਕਿਨਾਂ ਨੂੰ ਕਲੀਅਰ ਕਰਦਾ। ਉਸ ਤੋਂ ਬਾਅਦ ਆਉਂਦਾ ਸੈਫਰਨ। ਸੈਫਰਨ 'ਚ ਕੀ ਹੁੰਦਾ ਕਿ ਤੁਹਾਡੀ ਕੋਈ ਵੀ ਡਾਰਕ ਸਪੋਟਸ ਹੈਗੇ ਆ ਉਹਨੂੰ ਰਿਮੂਵ ਕਰਦਾ ਤੇ ਤੁਹਾਡੀ ਸਕਿਨ ਟੋਨ ਨੂੰ ਈਵਨ ਬਣਾਉਂਦਾ। ਆਉਂਦੀ ਹੈ ਗ੍ਰੀਨ ਟੀ, ਜੋ ਕਿ ਕਈ ਲੋਕੀ ਹੁੰਦੇ ਆ ਏਜ ਤੋਂ ਪਹਿਲਾਂ ਬੁੱਢੇ ਲੱਗਣ ਲੱਗ ਜਾਂਦੇ ਆ, ਉਹਦੇ ਸਾਈਨਸ ਨੂੰ ਉਹ ਰਿਡਿਊਸ ਕਰਦਾ। ਅਗਰ ਤੁਹਾਡੇ ਫੇਸ 'ਤੇ ਕੋਈ ਵੀ ਇਰੀਟੇਸ਼ਨ ਹੋ ਰਹੀ ਹੈ ਤੇ ਜਾਂ ਫਿਰ ਸਵੈਲਿੰਗ ਆ ਜਾਂ ਸਕਿਨ ਤੁਹਾਡੀ ਡੈਮੇਜ ਹੋ ਜਾਂਦੀ ਆ, ਹਨਾ, ਉਹਦੇ ਲਈ ਇਹ ਸਭ ਤੋਂ ਵਧੀਆ ਚੀਜ਼ ਹੈਗੀ ਆ। ਤੇ ਉਸ ਤੋਂ ਬਾਅਦ ਆਉਂਦਾ ਕੀਵੀ। ਕੀਵੀ ਦੇ ਵਿੱਚ ਜਿਹੜਾ ਵਿਟਾਮਿਨ ਸੀ ਤੇ ਵਿਟਾਮਿਨ ਈ ਹੈਗਾ ਨਾ, ਤੁਹਾਡੀ ਟਾਇਰਡ ਸਕਿਨ ਨੂੰ ਰਿਵਾਈਵ ਕਰਦਾ। ਹੁਣ ਮੈਂ ਫੇਸ ਵਾਸ਼ ਕਰ ਰਹੀ ਹਾਂ। ਸਭ ਤੋਂ ਪਹਿਲਾਂ ਤੁਸੀਂ ਫੇਸ ਵਾਸ਼ ਕਰਨਾ ਸਾਰੇ ਜਿਹੜੇ ਵੀ ਯੂਜ਼ ਕਰਨਗੇ, ਤੇ ਉਸ ਤੋਂ ਬਾਅਦ ਹੁਣ ਮੈਂ ਅਪਲਾਈ ਕਰੂੰਗੀ। ਲਗਾ ਲਿਆ ਮੈਂ 1 ਮਿੰਟ। ਤੋ ਜਦੋਂ ਤੁਸੀਂ ਮਾਸਕ ਅਪਲਾਈ ਕਰ ਲਿਆ ਉਹਨੂੰ 15 ਮਿੰਟਸ ਲਈ ਇੱਦਾਂ ਹੀ ਰੱਖਣਾ, ਥੋੜ੍ਹਾ ਰਿਲੈਕਸ ਕਰਨਾ ਅਤੇ 15 ਮਿੰਟਸ ਬਾਅਦ ਉਹਨੂੰ ਰਿਮੂਵ ਕਰਨਾ। ਅਤੇ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਦੀ ਸੀ ਕਿ ਜਦੋਂ ਵੀ ਤੁਸੀਂ ਮੰਮਾ ਤੋਂ ਕੁਛ ਵੀ ਪਰਚੇਸ ਕਰਦੇ ਹੋ ਤਾਂ ਉਹ ਤੁਹਾਡਾ ਔਡਰ ਲਿੰਕ ਕਰਦੇ ਆ ਕਿ ਟ੍ਰੀ ਦੇ ਨਾਲ, ਅਤੇ ਉਹ ਟ੍ਰੀ ਨੂੰ ਤੁਸੀਂ ਟਰੈਕ ਕਰ ਸਕਦੇ ਹੋ ਆਪਣੇ ਔਡਰ ਤੋਂ। ਅਤੇ ਮੰਮਾ ਅਰਥ ਨੇ ਸੋਚਿਆ ਕਿ 2025 ਤੱਕ ਉਹਨਾਂ ਨੇ 1 ਮਿਲੀਅਨ ਟ੍ਰੀਜ਼ ਦਾ ਏਮ ਕੰਪਲੀਟ ਕਰਨਾ। ਨਾਲੇ ਤੁਸੀਂ ਮੇਰਾ ਕ੍ਰੀਏਟਰ ਕੋਡ ਵੀ ਯੂਜ਼ ਕਰ ਸਕਦੇ ਹੋ ਜੋ ਕਿ ਹੈਗਾ ਏਂਜਲਸ2022, ਉਹਦੇ ਨਾਲ ਤੁਹਾਨੂੰ 20% ਔਫ ਮਿਲੇਗਾ। ਅਤੇ ਇਹ ਕ੍ਰੀਏਟਰ ਕੋਡ ਵੈਲਿਡ ਹੈਗਾ ਮੰਮਾ ਅਰਥ ਦੀ ਓਫਿਸ਼ੀਅਲ ਵੈਬਸਾਈਟ ਅਤੇ ਐਪ 'ਤੇ, ਅਤੇ ਜਿਹੜਾ ਐਪ ਹੈਗਾ ਵਾ ਉਹ ਐਂਡਰੋਇਡ ਅਤੇ ਆਈਫੋਨ ਦੋਨਾਂ 'ਤੇ ਅਵੇਲੇਬਲ ਹੈ। ਪਲੱਸ ਅਗਰ ਤੁਸੀਂ ਕਿਸੇ ਹੋਰ ਐਪਸ ਤੋਂ ਵੀ ਸ਼ੋਪਿੰਗ ਕਰਨੀ ਆ, ਫਲਿੱਪਕਾਰਟ, ਨਾਇਕਾ, ਐਮਾਜ਼ੋਨ ਤੋਂ ਵੀ ਕਰ ਸਕਦੇ ਹੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ। ਤੁਹਾਨੂੰ ਬੱਚੇ ਮਿਲਣ ਆਏ ਸੀ, ਆਹ ਬੱਚੇ ਆ ਬਸ, ਆਹ ਤੇ ਆਹ ਇਹ ਨਹੀਂ। ਮੰਮਾ ਤੁਹਾਨੂੰ ਮਿਲਣ ਆਏ ਆ, ਇੱਧਰ ਆਓ, ਮੰਮਾ ਨੂੰ ਮਿਲਣ ਆਏ ਆ। ਐਂਜਲ ਬਹੁਤ ਵਧੀਆ ਆ। ਹੈ ਇਹ ਬੜੀ ਵਧੀਆ ਆ। ਇਹ ਬਹੁਤ ਵਧੀਆ ਹੈ, ਹੁਣ ਬੜੀ ਵਧੀਆ ਹੈ। ਥੰਨੇ ਦਾ ਪਰ ਜੀ ਸ਼ਿਵਮ ਭਾਈ ਜੀ ਆ ਜੋ ਨਹੀਂ ਆ ਚੋਕੂ ਉਸ ਦਾ, ਤੇਰਾ ਭਰਾ ਨਹੀਂ ਆ? ਹਾਂ ਕਨਾ ਕਨਾ ਹਾਂ ਕਨਾ ਬਹੁਤ ਦੂਰ ਘਰ ਹੈ ਤੇਰੀ। ਅੱਛਾ ਅਸੀਂ ਬਾਈਪਾਸ ਤੋਂ ਆਏ ਆ ਸਪੈਸ਼ਲੀ ਮੇਰੇ ਲਈ। ਅੱਛਾ ਬਾਈਪਾਸ ਤੋਂ ਆਏ? ਹਾਂਜੀ ਮੈਂ ਬੂ ਵਾਲੀ ਲੜਕੀ ਨੂੰ ਭੇਜਦੀ। ਅੱਛਾ ਕੀ ਕਹਿ ਕੀ ਕਹਿ? ਆਂਟੀ ਬਹੁਤ ਕਿਊਟ ਹੈ ਕਿਨੇ ਵੇਖ ਲੋ ਬਸ। ਤੁਸੀਂ ਬੋਲਦੇ ਨਹੀਂ ਹੁੰਦੇ ਵਲੋਗ 'ਚ? ਚੱਲੀਏ ਹੁਣ ਹੈਂ, ਗੱਡੀ ਲੈਣੀ ਆਇਆ ਹਲੇ ਤੱਕ ਗੱਡੀ ਲਾ ਦਿਆ ਤਾਂ ਜਾਣਾ। ਵੇਖ ਲੈ ਐਂਜਲ ਕੀ ਕਹਿੰਦੇ ਜੀ, ਕਹਿੰਦੇ ਕਿ ਜਦੋਂ ਜਾਣਾ ਹੋਵੇ ਨਾ ਬਾਹਰ ਤੇ ਹੌਲੀ ਜਿਹੀ ਕਹਿੰਦਾ ਟੁੰਨੂ ਚੱਲੀਏ, ਟੁੰਨੂ ਚੱਲੀਏ। ਵੇਖ ਲਾ ਕੀ ਕਹਿੰਦੇ ਤੇਰਾ, ਕੀ ਕਹਿੰਦੇ ਬਈ, ਆਹ ਵੇਖ ਲਾ ਸੁਣ ਲਾ ਪਹਿਲਾਂ ਕੀ ਕਿਹਾ, ਕਹਿੰਦੇ ਟੁੰਨੂ ਚੱਲੀਏ। ਚਲੋ ਟੁੰਨੂ ਚਲੋ ਚੱਲੀਏ ਹੁਣ, ਪਹਿਲਾਂ ਗੱਡੀ ਲਾ ਤੇ ਆਈਏ ਫਿਰ ਜਾਣਾ। ਚਲੋ ਥੈਂਕ ਯੂ ਸੋ ਮਚ।
ਸਾਰਿਆਂ ਨੂੰ ਥੈਂਕ ਯੂ। ਠੀਕ ਆ ਖੁਸ਼ ਆ ਤੇਰਾ ਨੋ ਫਿਰ ਤੂੰ ਫਿਰ ਮੂੰਹ ਜਾ ਤਪਾਇਆ ਨਾ ਤੂੰ ਚਲੀਏ ਚਲੋ ਥੈਂਕ ਯੂ ਵਾਂਸ ਅਗੇਨ। ਗੱਡੀ ਆ ਗਈ ਸੀ ਚੱਲਦੇ ਆ ਆਪਾਂ ਨਿਕਲ ਚੁੱਕੇ ਆ। ਨੇਲ ਪੋਲਿਸ਼ ਨਹੀਂ ਲਾਈ ਕਿੰਨੇ ਮੰਮਾ ਨੇ ਪੋਲਿਸ਼ ਨਹੀਂ ਲਾਈ ਹੁਣ ਉੱਥੇ ਜਾ ਕੇ ਲਾਣਗੇ। ਇੰਜਲ ਨੇ ਮਹਿੰਦੀ ਵੀ ਲਵਾਈ ਆ ਇੰਜਲ ਮਹਿੰਦੀ ਤੇ ਦਿਖਾ ਦੇ ਦੂਸਰਾ ਤੂੰ ਖਾਣਾ ਦੋਨੋਂ ਇਕੱਠੇ ਕੱਲੇ ਕਲਰ ਨਹੀਂ ਨਾ ਚੜਿਆ ਤੇ ਮੇਰਾ ਨਾਮ ਕਿੱਥੇ ਲਗਾਇਆ ਸੀ ਸ਼ਿਵਮ ਦਿਖਾਈ ਮੰਮਾ ਨੂੰ ਸੋਹਣੀ ਨਾ ਲਿਮਕਾ ਵੀ ਨਹੀਂ ਆ ਸੋਹਣ। ਆਪਾਂ ਕਿੱਥੇ ਪਹੁੰਚੇ ਆ ਆਪਾਂ ਬਿਆਸ ਟੋਲ ਪਲਾਜ਼ੇ ਤੇ ਪਹੁੰਚੇ ਆ ਜਿੱਥੇ ਹੁਣ ਆਪਾਂ ਖਾਣ ਪੀਣ ਨੂੰ ਲਿੱਤਾ ਵਾ ਮੈਂ ਬਰਗਰ ਲਿੱਤਾ ਮੈਨੂੰ ਭੁੱਖ ਬੜੀ ਲੱਗੀ ਸਵੇਰ ਦਾ ਮੈਂ ਖਾਧਾ ਨਹੀਂ ਕੁਛ ਪਾਪਾ ਲੈਣ ਗਏ ਆ ਤੇ ਮੈਂ ਵੀ ਚੱਲਦਾ ਲਿਮਕਾ ਲਿਮਕਾ ਵਾਈਟ ਮੋਸਚਰ ਨਹੀਂ ਲੱਗਾ ਸਰ ਤੜੀ ਲਿਮਕਾ ਕੋ ਕੰਮਾ ਚਾ ਮੈਂ ਤੇ ਬਰਗਰ ਖਾਣ ਲੱਗਾ ਐਂਜਲ ਨੇ ਕੁਛ ਨਹੀਂ ਖਾਣਾ ਐਂਜਲ ਲਿਮਕਾ ਨਾਲੇ ਇੰਸਟਾਗ੍ਰam ਤੇ ਵਾਲੇ ਬਜਰਾ ਅੰਦਰ ਪਹੁੰਚ ਗਏ ਆ ਤੇ ਹੁਣ ਆਪਾਂ ਸੇਵ ਲੈਂਦੇ ਵੇ ਆ ਸੇਵ ਤੇ ਕਾਫੀ ਲੈ ਲਈ ਆ ਤੇ ਹੁਣ ਆਪਾਂ ਚੱਲਦੇ ਆ ਸਿੱਧਾ ਨਾਨੀ ਜੀ ਦੇ ਘਰ ਪਹੁੰਚ ਗਏ ਜੇ ਹਾਂਜੀ ਸੋ ਫਾਈਨਲੀ ਆਪਾਂ ਪਹੁੰਚ ਗਏ ਆ ਨਾਨੀ ਜੀ ਦੇ ਘਰ ਮਾਮਾ ਜੀ ਵੀ ਆ ਗਏ ਹੋਏ ਆ ਹੈ ਲੈ ਲੈ ਹੈ ਮਾਮਾ ਜੀ ਦੀ ਗੱਡੀ ਦੀ ਆਵਾਜ਼ ਵੀ ਆ ਗਈ ਆ ਵਾਹ ਘਰ ਨਾਨੀ ਜੀ ਦਾ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਠੀਕ ਆ ਇਹ ਬੰਦ ਕਰ ਦੇਣਾ ਮਾਮਾ ਜੀ ਬਾਰੇ ਬਿਨਾ ਮਾਸਤੇ ਲਾ ਮੇਰੀ ਪਛਾਣਾ ਅੰਮ੍ਰਿਤਸਰ ਵਾਲੇ ਨੇ ਆ ਗੋਲੂ ਨੂੰ ਕੌਣ ਜਾਣਦਾ ਇਤਰਾ ਗੋਲੂ ਹੁਣ ਫਿਰ ਤੂੰ ਸ਼ਰਮਾਉਂਦੇ ਇੱਧਰ ਵੇਖ ਪਹਿਲਾਂ ਨੀ ਸ਼ਰਮਾਉਂਦਾ ਕੀ ਗੱਲ ਆ ਸੋ ਇਹਨੂੰ ਸਾਰੇ ਜਣੇ ਜਾਣਦੇ ਨੇ ਵੈਸੇ ਹਨਾ ਇਹਦੇ ਵਿਆਹ ਚ ਆਏ ਸੀ ਤੁਸੀਂ ਇਹਦੇ ਵਿਆਹ ਚ ਆਏ ਸੀ ਹਾਂ ਪਛਾਣ ਲਿਆ ਤੈਨੂੰ ਨਾਨਕਾ ਪਰਿਵਾਰ ਹੈਗਾ ਨਹੀਂ 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 ਚਾਹ ਨਹੀਂ ਪੀਣੀ ਤੂੰ ਮਨ ਨਹੀਂ ਹੈ ਗਰਮੀ ਚ ਫੇਰ ਕੀ ਹੋ ਗਿਆ ਪੀ ਲੈਣੀ ਚਾਹੀਦੀ ਵੈਸੇ ਆ ਮੇਰੀ ਨਾਨੀ ਜੀ ਵੀ ਆ ਉਹੀ ਨਾਨੀ ਜੀ ਵੀ ਆ ਮੰਮਾ ਮਾਮੀ ਜੀ ਆਹ ਮਾਮਾ ਜੀ ਆਹ
ਪਹਾੜੀ ਗੀਤ ਲੈ ਲੈ